ਬੰਬੀਹਾ ਗਰੁੱਪ ਵੱਲੋਂ ਫਿਰ ਤੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਕੇ 10 ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ ਖਾਸ ਤੌਰ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਇਨਸਾਫ ਦੇ ਸੰਘਰਸ਼ ਵਿੱਚ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ ਅਤੇ ਲਿਖਿਆ ਹੈ ਕਿ ਇਸ ਸੰਘਰਸ਼ ਵਿੱਚ ਗਲਤ ਆਂਸਰ ਸ਼ਰਾਰਤ ਕਰ ਸਕਦੇ ਹਨ ਪਰ ਤੁਸੀਂ ਸਿੱਧੂ ਦੇ ਪਰਿਵਾਰ ਦਾ ਸਾਥ ਦੇਣਾ ਹੈ। ਅੱਗੇ ਬੰਬੀਹਾ ਗਰੁੱਪ ਨੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਬਾਰੇ ਲਿਖਿਆ ਹੈ ਕਿ ਸਰਕਾਰ ਇਹਨਾਂ ਨੂੰ ਜਿੰਨਾ ਮਰਜ਼ੀ ਬਚਾ ਕੇ ਰੱਖ ਲਵੇ ਪਰ ਅਸੀਂ ਇਹਨਾਂ ਨੂੰ ਜ਼ਰੂਰ ਮਾਰਾਂਗੇ। ਅਖੀਰ ਵਿੱਚ ਗਾਇਕ ਮਨਕੀਰ ਤੌਲਖ ਨੂੰ ਧਮਕੀ ਦਿੱਤੀ ਹੈ ਕਿ ਮਨਕੀਰਤ ਤੈਨੂੰ ਮਾਰਨਾ ਹੈ ਪਹਿਲਾਂ, ਚਾਹੇ ਕੈਨੇਡਾ ਚੱਲ ਜਾ, ਚਾਹੇ 7 ਆਸਮਾਨ ਲੰਘ ਕੇ ਰੱਬ ਕੋਲ ਚੱਲ ਜਾ, ਤੈਨੂੰ ਉੱਥੇ ਵੀ ਮਾਰਾਂਗੇ ਕੱਢ ਕੇ। ਇਸ ਤੋਂ ਇਲਾਵਾ ਉਹਨਾਂ ਨੇ ਪੁਲਿਸ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਸਾਨੂੰ ਲੱਭਣ ਦੀ ਕੋਸ਼ਿਸ਼ ਨਾ ਕਰਨ, ਅਸੀਂ ਤੁਹਾਡੀ ਰੇਡਾਰ ਤੋਂ ਬਹੁਤ ਦੂਰ ਹਾਂ। ਜਿੰਨੇ IT ਡਿਪਾਰਟਮੈਂਟ ਵਾਲੇ ਐਜੂਕੇਟਡ ਹਨ ਤੁਹਾਡੇ ਤੋਂ ਜ਼ਿਆਦਾ ਪੜ੍ਹੇ ਲਿਖੇ ਹਾਂ ਅਸੀਂ, ਤੁਸੀਂ ਸਾਡੇ ਪਰਛਾਵੇਂ ਤੱਕ ਨਹੀਂ ਪਹੁੰਚ ਸਕਦੇ, ਇਹ ਗੱਲ ਵਾਹਿਗੁਰੂ ਤੋਂ ਡਰ ਕੇ ਕਹਿੰਦੇ ਹਾਂ। Subscribe to One India channel and never miss an update.